ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਗਿੰਦਰ ਸਿੰਘ ਗਰਾਹਾਂ ਦਾ ਬਿਆਨ ਆਇਆ ਕਹਿੰਦਾ ਵੀ ਇਹ ਸਿਰਫ ਦੋ ਜਥੇਬੰਦੀਆਂ ਦਾ ਮੋਰਚਾ ਤੇ ਇਸ ਵਾਰ ਜਗਿੰਦਰ ਸਿੰਘ ਗਰਾਹਾਂ ਜਿਹੜਾ ਆ ਉਹ ਕਿਉਂ ਨਹੀਂ ਗਾ ਨਾਲ ਕਿਸਾਨ ਅੰਦੋਲਨ ਦੇ ਕਿਉਂਕਿ ਜਗਿੰਦਰ ਸਿੰਘ ਗਰਾਹਾਂ ਦੀ ਹੁਣ ਜਿਹੜੀ ਜਥੇਬੰਦੀ ਆ ਉਹ ਆਮ ਆਦਮੀ ਪਾਰਟੀ ਆ ਤੇ ਉਧਰੋਂ ਉਹਨੂੰ ਸਾਰੇ ਆਰਡਰ ਆ ਵੀ ਤੂੰ ਇਸ ਮੋਰਚੇ 'ਚ ਨਹੀਂ ਜਾਣਾ ਆਪਾਂ ਸਮਝ ਸਕਦੇ ਹਾਂ ਵੀ ਸਟੇਟ ਦਾ ਟੂਲਿਆ ਤੇ ਸਟੇਟ ਦੇ ਟੂਲ ਇਹ ਜੇ ਕੰਮ ਕਰਦੇ ਹੁੰਦੇ ਆ ਠੀਕ ਨੇ ਦੀਪਬਾਈ ਨੇ ਕਿਹਾ ਸੀ ਵੀ ਇਹਨਾਂ ਨੇ ਮੈਨੂੰ ਰਾਜਨੀਤੀ ਕਿਹਾ ਪਰ ਲੜਨੀਆਂ ਚੋਣਾਂ ਇਹਨਾਂ ਨੇ ਤੇ ਇਹਨਾਂ ਦੀ ਅਜਮਾਨਤਾ ਵੀ ਜਬਤ ਹੋਣੀ ਆ ਤੇ ਇਹਨਾਂ ਦੀ ਅਜਮਾਨਤਾ ਵੀ ਜਬਤ ਹੋਈਆਂ ਇਹਨਾਂ ਨੇ ਚੋਣਾਂ ਵੀ ਲੜੀਆਂ ਦੀਪਬਾਈ ਦੇ ਬਾਰੇ ਉਲਟਾ ਬੋਲਦਾ ਸੀ ਖੜਖੜ ਕਲਾਮ ਆਦਵੀ ਪਾਰਟੀ ਦੀ ਸਟੇਜ ਤੇ ਖੜ ਕੇ ਅਮਰਪਾਲ ਸਿੰਘ ਨੂੰ ਨਿੰਦਾਦਾ ਸੀ ਉਹ ਬੰਦਾ ਕਿਸਾਨਾਂ ਦੇ ਨਾਲ ਵੀ ਨਹੀਂ ਅੱਜ ਇਥੋਂ ਪਤਾ ਲੱਗ ਸਟੇਟ ਦਾ ਟੂ ਲਿਆ ਇਹਦੀ ਜਥੇਬੰਦੀ ਖਾਰਜ ਹੋਣੀ ਚਾਹੀਦੀ ਹੈ ਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਰਾਜੇਵਾਲ ਰਜਿੰਦਰਦੀਪ ਸਿੰਘ ਵਾਲਾ ਦੇ ਕਾਮਰੇਡ ਗਰਾਹਾਂ ਇਹ ਤਿੰਨ ਜਥੇਬੰਦੀਆਂ ਦਾ ਪੱਕੇ ਤੌਰ ਤੇ ਬੰਦ ਕਰ ਦੇਣੀਆਂ ਚਾਹੀਦੀਆਂ